लाखों दर्शकों का भरोसेमंद न्यूज चैनल R9 भारत। सीपी शर्मा, गुलाब सिंह बोला, अध्यापक 646 पीटी अध्यापक ने आज संगरूर में धरने के दौरान कहा कि गुरमीत सिंह पंजाब सरकार ने पानी वाली टंकी से लारा लगाकर उतारा है, परंतु उनकी कोई भी बात नहीं सुन रहा है, न ही मीटिंग के लिए समय दिया जा रहा है। आखिर उनका कहना है कि अध्यापकों की पोस्ट को खत्म करने की जो कोशिश की जा रही है वह सरासर गलत है। पंजाब सरकार की तरफ से 15 अगस्त वाले दिन यहां भी सरकारी तौर पर कार्यक्रम किया जाएगा एवं वहां सभी अलग अलग शहरों में काले झंडे लेकर पंजाब सरकार के खिलाफ नारेबाजी और रोष मार्च होगा। वहीं देखने में आया है कि पुलिस की तरफ से अध्यापकों पर अत्याचार भी किया जा रहा है। हमारे साथ संवाददाता जुड़ चुके हैं विकास वर्मा, देखिए यह रिपोर्ट। कैमरामैन अमित गुप्ता के साथ विकास वर्मा, संगरूर, पंजाब। अज बस मान साहब नूं दसना भी तुसीं भर्ती रद्द कर रहे हो, वादा यह करिया सीगा भी असीं जिहड़ी भर्ती करांगे भैन बना के, वो लड़की जिहड़ी इत्थे पहुंची हुई हैगी जिहनूं तुसीं भैन बना के टेंकी तों उतारिया सीगा, पर अज उस भैन दी तुसीं भर्ती रद्द कर रहे हो। जिहड़े अफसर ने गे उह अज तुहाडे तों बाहर ने। मान साहब पहिलां तां कैप्टन साहब ने साडे नाल 4.5 साल गल नहीं कीती, फिर चन्नी साहब ने साडे नाल 3 महीने गल नहीं कीती। ਉਹੀ ਸੇਮ ਰਸਤਾ ਤੁਸੀਂ ਫੜਿਆ ਹੋਇਆਗਾ। ਅੱਜ ਤੁਹਾਡੀ ਸਰਕਾਰ ਮੈਨੂੰ 4 ਮਹੀਨੇ ਹੋ ਗਏ, ਤੁਸੀਂ ਕਿਸੇ ਵੀ ਜਥੇਬੰਦੀ ਨਾਲ ਗੱਲ ਨਹੀਂ ਕਰ ਰਹੇ। ਜਿਹੜੇ ਅਫਸਰਾਂ ਨਾਲ ਗੱਲ ਕਰਦੇ ਹੋ, ਅਫਸਰ ਤੁਹਾਨੂੰ ਗਲਤ ਗਾਈਡ ਕਰ ਰਹੇ ਨੇ। ਜਿਹੜੀਆਂ ਬੇਰੁਜ਼ਗਾਰ ਜਥੇਬੰਦੀਆਂ ਨੇ ਪੰਜਾਬ ਦੀਆਂ, ਉਹਨਾਂ ਨਾਲ ਗੱਲ ਕਰੋ ਤੁਸੀਂ। ਅੱਜ ਵੀ ਮਾਨ ਸਾਹਿਬ ਨੂੰ ਮੈਂ ਮੀਡੀਆ ਥਰੂ ਦੱਸਣਾ ਚਾਹੁੰਦਾ ਵੀ ਜਿਹੜੇ ਅਫਸਰ ਬੈਠੇ ਨੇ ਉਹ ਗਲਤ ਕੰਮ ਕਰ ਰਹੇ ਨੇ, ਕਿਉਂ ਤੁਹਾਡੀ ਗੱਲ ਸਿਰਫ ਅਫਸਰਾਂ ਤੱਕ ਹੁੰਦੀ ਆ, ਨਾ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਤੱਕ। ਸਾਡੀ ਬੇਨਤੀ ਹੈ ਮਾਨ ਸਾਹਿਬ ਤੁਹਾਨੂੰ, ਤੁਸੀਂ ਸਾਡੇ ਨਾਲ ਇੱਕ ਵਾਰ ਰਾਬਤਾ ਕਾਇਮ ਕਰੋ, ਸਾਹਮਣੇ ਸਾਡੇ ਅਫਸਰ ਬਿਠਾਓ। ਜੇ ਅਫਸਰ ਗਲਤ ਹੋਏ ਤਾਂ ਉਹਨਾਂ ਨੂੰ ਸਜ਼ਾ ਦਿਓ, ਜੇ ਅਸੀਂ ਗਲਤ ਤਾਂ ਸਾਨੂੰ ਸਜ਼ਾ ਦਿਓ। ਪਰ ਜਿਹੜੀ ਬਦਨਾਮੀ ਆ ਤੁਹਾਡੀ ਹੋ ਰਹੀ, ਅਫਸਰ ਉਹੀ ਨੇ, ਮੰਤਰੀ ਅਸੀਂ ਬਦਲਤੇ ਸਾਡੇ ਸਾਰੇ ਸੀ, ਅਸੀਂ ਅਫਸਰ ਨਹੀਂ ਬਦਲ ਸਕਦੇ ਜਿਹੜੇ ਅਫਸਰਾਂ ਕਰਕੇ ਜਿਹੜਾ 646 ਪੀਟੀ ਭਰਤੀ ਰੱਦ ਹੋਣ ਜਾ ਰਹੀ ਹੈ ਜੀ। ਬਸ ਹੋਰ ਅਸੀਂ ਦੱਸਣਾ ਚਾਹੁੰਦੇ ਮੀਡੀਆ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਵੱਲ ਅਸੀਂ ਥੋੜੇ ਸਮੇਂ ਕੁਛ ਕਰਾਂਗੇ। ਜਿਹੜੀਆਂ ਸਾਡੀਆਂ ਬੱਸਾਂ ਨੇਗੀਆਂ ਉਹ ਵੱਖ ਵੱਖ ਚੈਨਲ ਸਾਈਡਾਂ ਤੋਂ ਪਹੁੰਚ ਚੁੱਕੀਆਂ ਨੇਗੀਆਂ, ਕਾਫੀ ਸਾਡੇ ਸਾਥੀ ਨੇ ਉਹ ਪਹੁੰਚਣ ਵਾਲੇ ਨੇ, ਤੇ ਅੱਜ ਕਰੋ ਜਾਂ ਮਰੋ ਦੀ ਨੀਤੀ ਬਣਾ ਕੇ ਚੱਲਾਂਗੇ। ਪ੍ਰਸ਼ਾਸਨ ਨੂੰ ਵੀ ਚੇਂਜ ਆ ਵੀ ਜਿਹੜਾ ਤੁਹਾਡੇ ਕੋਲੇ ਪਾਵਰ ਆ ਉਹ ਵਰਤ ਲਓ। ਅਸੀਂ ਤਾਂ ਮੌਤ ਲੈ ਕੇ ਆਏ ਆ, ਸਾਡੇ ਭੋਗਾਂ ਤੇ ਭਵੰਤਵਾਂ ਨਾ ਪਹੁੰਚੋ, ਸਾਡੇ ਸੰਸਕਾਰ ਤੇ ਨਾ ਪਹੁੰਚੋ, ਦੁਆ ਬਿਆਨ ਨਾ ਦੇਵੇ। ਜੇ ਮਸਲਾ ਹੱਲ ਕਰਨਾ ਅੱਜ ਕਰਦੇ ਸਾਡਾ ਜੀ। ਕੀ ਨਾਮ ਹੈ ਜੀ? ਸਿੱਪੀ ਸ਼ਰਮਾ। ਸਿੱਪੀ ਸ਼ਰਮਾ ਜੀ, ਅੱਜ ਪ੍ਰੋਟੈਸਟ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਇੱਕ ਸਰਕਾਰ ਮੀਟਿੰਗ ਦੇ ਦਿੰਦੀ, ਇੱਕ ਲਾਰਾ ਲਾ ਦਿੰਦੀ। ਅਸੀਂ ਜਦੋਂ ਸੰਗਰੂਰ ਬੈਠੀ ਸੀ ਟੈਂਕੀ ਤੇ, ਉਦੋਂ ਮੀਤ ਜੀ ਨੇ, ਗੁਰਮੀਤ ਸਿੰਘ ਮੀਤ ਜੀ ਨੇ ਸਾਨੂੰ ਇੱਕ ਲਾਰਾ ਲਾ ਕੇ ਤਾਰ ਲਿਆ ਨੀਚੇ ਕਿ ਤੁਹਾਡੀ ਭਰਤੀ ਅਸੀਂ ਹਫ਼ਤੇ 'ਚ ਕਰ ਦੇਵਾਂਗੇ, ਜੁਲਾਈ ਦੇ ਮਹੀਨੇ 'ਚ। ਦੇਖੋ, ਜੁਲਾਈ ਵੀ ਲੰਘ ਚੱਲਿਆ ਤੇ ਹੁਣ ਪਤਾ ਚੱਲਿਆ ਕਿ ਸਾਡੀ ਪੋਸਟ ਹੀ ਨਹੀਂ, ਕੇਡਰ ਨੂੰ ਖਤਮ ਕਰ ਰਹੇ, ਸਾਡੀ ਭਰਤੀ ਨੂੰ ਰੱਦ ਕਰ ਰਹੇ ਨੇ। ਤੇ ਇਸ ਦੇ ਲਈ ਸਾਨੂੰ ਹੁਣ ਕੋਈ ਵੀ ਮੀਟਿੰਗ ਦਿੰਦੇ ਨੇ, ਇੱਕ ਲਾਰਾ ਮਿਲਦਾ ਮੀਟਿੰਗ 'ਚ, ਤੇ ਹੁਣ ਜਿੱਥੇ ਵੀ 15 ਅਗਸਤ ਤੱਕ ਇਹ ਸਾਡਾ ਪ੍ਰੋਗਰਾਮ ਬੰਦ ਨਹੀਂ ਹੋਊਗਾ, ਇਹਦਾ ਕੰਟੀਨਿਊ ਧਰਨਾ ਚੱਲੇਗਾ, ਤੇ ਜਿੱਥੇ ਵੀ ਇਹ ਝੰਡਾ ਲਹਿਰਾਣਗੇ 15 ਅਗਸਤ ਨੂੰ, ਉੱਥੇ ਜਾ ਕੇ ਅਸੀਂ ਕਾਲੀਆਂ ਪੱਟੀਆਂ ਬੰਨ ਕੇ ਇਹਨਾਂ ਦਾ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਸਰਕਾਰ ਦਾ। ਜਿਹੜਾ ਅੱਜ ਦੇ ਪ੍ਰੋਟੈਸਟ, ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਸਰ? ਅੱਜ ਦਾ ਇਹ ਨਹੀਂ ਕਹਾਂਗੀ ਕਿ ਜਿੰਨਾ ਚਿਰ ਸਾਨੂੰ ਕੋਈ ਸੋਲਿਡ ਭਰੋਸਾ ਨਹੀਂ ਦਿੱਤਾ ਜਾਂਦਾ, ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਨਹੀਂ ਆਉਂਦਾ, ਉਦੋਂ ਤੱਕ ਜਿਹੜਾ ਕੰਟੀਨਿਊ ਰੱਖਣਾ। ਚਲੋ।